ਤਰਿਓ ਦੀਪਦਮਨ ਟੀਵੀ ਚੈਨਲ ਤੇ ਅਸੀਂ ਅੱਜ ਇੱਥੇ ਕਿਸਾਨ ਯੂਨੀਅਨ ਦਾ ਜੋ ਇੱਥੇ ਅੱਜ ਮੀਟਿੰਗ ਸੀਗੀ ਉੱਥੇ ਪਹੁੰਚੇ ਹੋਏ ਆ। ਅਸੀਂ ਤੁਹਾਡੇ ਹੂਬਰੂ ਕਰਵਾ ਰਹੇ ਆ ਮਹਾਨ ਹਸਤੀਆਂ ਨੂੰ, ਤੁਸੀਂ ਦੇਖ ਰਹੇ ਹੋ ਦੀਪਦਮਨ ਟੀਵੀ ਚੈਨਲ। ਭਾਈ ਸਾਹਿਬ ਸਭ ਤੋਂ ਪਹਿਲਾਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਸੋਸ਼ਲ ਮੀਡੀਆ ਵਾਲਿਆਂ ਦਾ, ਚੈਨਲਾਂ ਵਾਲਿਆਂ ਦਾ, ਆਪਣੀ ਜਥੇਬੰਦੀ ਕਰਤੀ ਕਿਸਾਨ ਜੀ ਨੂੰ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਸਾਡੀ ਮੀਟਿੰਗ ਨੂੰ ਅਟੈਂਡ ਕਰਨ ਆਏ ਹੋ। ਮੈਂ ਸੰਤੋਖ ਸਿੰਘ ਸੱਧੂ, ਕਿਰਤੀ ਕਿਸਾਨ ਜੀ ਜ਼ਿਲ੍ਹਾ ਪ੍ਰਧਾਨ ਹੈ, ਸੂਬਾ ਕਮੇਟੀ ਮੈਂਬਰ ਆ। ਅੱਜ ਅਸੀਂ ਮੰਡ ਏਰੀਏ ਦੇ ਵਿੱਚ, ਮਹਿਤਪੁਰ ਏਰੀਏ ਦੇ ਵਿੱਚ ਜਿਹੜੀ ਆ ਇਹ ਮੀਟਿੰਗ ਰੱਖੀ ਆ ਕਿਉਂਕਿ 26, 27, 28 ਤਰੀਕ ਨੂੰ ਭਾਰਤ ਦੀਆਂ ਸਾਰੀਆਂ ਰਾਜਧਾਨੀਆਂ ਦੇ ਵਿੱਚ ਅਸੀਂ ਜਿਹੜਾ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਆ ਰਾਜਧਾਨੀਆਂ ਦੇ ਘਰਾਓ ਕਰ ਰਹੇ ਹਾਂ। ਇਸ ਕਰਕੇ ਕਰ ਰਹੇ ਹਾਂ ਵੀ ਜਿਹੜੀਆਂ 4 ਮੰਗਾਂ ਦਿੱਲੀ ਦੇ ਵਿੱਚ ਅਸੀਂ ਮੋਰਚਾ ਉਦੋਂ ਜਦੋਂ ਖੇਤੀ ਗੁਰੂ ਰੱਦ ਹੋਏ ਆ, 4 ਮੰਗਾਂ ਦੇ ਨਾਲ ਸਾਡਾ ਲਿਖਤੀ ਸਮਝੌਤਾ ਸੈਂਟਰ ਸਰਕਾਰ ਦੇ ਮੋਦੀ ਸਰਕਾਰ ਦੇ ਨਾਲ ਹੋਇਆ ਸੀ, ਪਰ ਉਸ ਸਮਝੌਤੇ ਤੋਂ ਮੋਦੀ ਸਰਕਾਰ ਮੁੱਕਰ ਗਈ, ਜਿਹਦੇ ਕਰਕੇ ਅੱਜ ਅਸੀਂ ਫਿਰ ਦੁਬਾਰਾ ਜਿਹੜਾ ਉਹ ਪਹਿਲਾਂ ਵਾਲਾ ਅੰਦੋਲਨ ਜਿਹੜਾ ਟਰੈਕਟਰ ਟਰਾਲੀਆਂ ਲੈ ਕੇ ਆਪਣੇ ਜਿਹੜਾ ਰਾਜਧਾਨੀਆਂ ਸਾਰੀਆਂ ਦੇ ਜਿਹੜੇ ਘਰਾਓ ਕਰਨ ਜਾ ਰਹੇ ਹਾਂ। 26, 27, 28, 33 ਨੂੰ, ਕਿਉਂਕਿ 26 ਤਰੀਕ ਨੂੰ ਲਗਭਗ 3 ਸਾਲ ਹੋ ਜਾਣੇ ਦਿੱਲੀ ਦਾ ਮੋਰਚੇ ਨੂੰ ਅੰਦੋਲਨ ਨੂੰ, ਤੇ ਉਸ ਤੋਂ ਬਾਅਦ ਤੇ ਅਸੀਂ ਜਿਹੜਾ ਉਹਦੇ ਵਿੱਚ 4 ਮੰਗਾਂ ਉਹੀ ਆ। ਇੱਕ ਤਾਂ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਸਾਥੀ ਜਿਹੜੇ ਧਰਨੇ ਦੇ ਵਿੱਚ ਸੀ ਮੋਦੀ ਸਰਕਾਰ ਦੇ ਗੁੰਡਿਆਂ ਵੱਲੋਂ, ਉਹਨਾਂ ਦੇ ਉੱਤੇ ਜਿਹੜੇ ਗੱਡੀਆਂ ਚੜਾਈਆਂ ਗਈਆਂ, ਉਹ ਸਾਡੇ ਸਾਥੀ ਵਿੱਚ ਸਾਡੇ ਮੀਡੀਆ ਵਾਲਾ ਨੌਜਵਾਨ ਸ਼ਹੀਦ ਹੋਇਆ, ਵਿੱਚ ਸਾਡੇ ਕਿਸਾਨ ਜਿਹੜੇ ਨੌਜਵਾਨ ਆ ਸ਼ਹੀਦ ਹੋਇਆ, ਉਹਨਾਂ ਦੇ ਹੱਕ ਦੀ ਲੜਾਈ ਜਿਹੜੀ ਲੈ ਕੇ ਜਾ ਰਹੇ ਹਾਂ। ਦੂਜਾ ਜਿਹੜਾ MSP ਦੀ ਗਰੰਟੀ ਸਰਕਾਰ ਜਿਹੜੀ ਆ ਸਮੁੱਚੀਆਂ ਫਸਲਾਂ ਉੱਤੇ, ਜਿਹੜਾ ਉਹਨੇ ਕਿਹਾ ਸੀ ਵੀ ਕਮੇਟੀ ਬਣਾ ਕੇ ਵਿੱਚ ਕਿਸਾਨਾਂ ਦੇ ਮੈਂਬਰ ਲੈ ਜਾਣਗੇ, ਤੇ ਅਸੀਂ ਉਹ ਜਿਹੜੀਆਂ ਉਹਨੂੰ ਜਿਹੜਾ ਕਾਨੂੰਨੀ ਮਾਨਤਾ ਦੇਵਾਂਗੇ, ਜਿਹੜੀ ਆ ਜਿੱਦਾਂ ਕਿ ਕਣਕ ਝੋਨੇ ਦੀ ਖਰੀਦ ਹੁੰਦੀ ਆ, ਇੱਦਾਂ ਹੀ ਬਾਕੀ ਫਸਲਾਂ ਦੀ ਮੰਡੀਆਂ ਦੇ ਵਿੱਚ ਖਰੀਦ ਆਊਗੀ ਜਿੱਥੋਂ ਮੋਦੀ ਸਰਕਾਰ ਜਿਹੜੀ ਪਿੱਛੇ ਹਟ ਗਈ। ਇਸੇ ਤਰ੍ਹਾਂ ਜਿਹੜੇ ਕਿਸਾਨਾਂ ਤੇ ਜਿਹੜੇ ਅਸੀਂ ਦਿੱਲੀ ਦੇ ਵਿੱਚ ਅੰਦੋਲਨ ਲੜਦੇ ਸੀ, ਉਹਨਾਂ ਦੇ ਸਾਰੇ ਪਰਚੇ ਜਿਹੜੇ ਬਹੁਤ ਸਾਰੀ ਲੀਡਰਸ਼ਿਪ ਦੇ ਉੱਤੇ, 50,000 ਲੀਡਰਸ਼ਿਪ ਤੋਂ ਉੱਪਰ ਲੋਕਾਂ ਦੇ ਉੱਤੇ ਪਰਚੇ ਹੋਏ ਆ, ਉਹ ਪਰਚੇ ਰੱਦ ਕਰਨ ਦੀ ਗੱਲ ਸੀ। ਉਹਦੇ ਵਿੱਚ ਕਰਜ਼ਾ ਮਾਫੀ ਦੀ ਗੱਲ ਸੀ ਵੀ ਜਿਹੜਾ ਕਿਸਾਨਾਂ ਦੇ ਸਿਰ ਸਮੁੱਚਾ ਕਰਜ਼ਾ ਚੜਿਆ ਆ ਉਹਨੂੰ ਮਾਫ ਕੀਤਾ ਜਾਵੇ, ਤੇ ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਮੁਤਾਬਕ ਕਿਸਾਨਾਂ ਨੂੰ ਜਿਹੜੇ ਆ ਉਹ ਲਾਹੇਵੰਦ ਪਾ ਦਿੱਤੇ ਜਾਣ। ਇਹ ਸਾਰੀਆਂ ਸੈਂਟਰ ਦੀਆਂ ਮੰਗਾਂ ਸੀ। ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਨਾਲ, ਕਿਉਂਕਿ ਪੰਜਾਬ ਸਰਕਾਰ ਪਹਿਲਾਂ ਤਾਂ ਕਹਿੰਦੀ ਅਸੀਂ ਨਵੇਂ ਆ, ਸਾਨੂੰ ਕੋ ਬੜਾ ਪਤਾ ਨਹੀਂ ਟਾਈਮ ਦੇ, ਹੁਣ ਲਗਭਗ 2 ਸਾਲ ਦਾ ਸਮਾਂ ਹੋ ਗਿਆ, ਅੱਧ 'ਚ ਪਹੁੰਚ ਗਈ ਸਰਕਾਰ, ਤੇ ਸੰਯੁਕਤ ਮੋਰਚੇ ਨੇ ਹੁਣ ਫੈਸਲਾ ਕੀਤਾ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਇਹ ਤਾਂ ਮਤਲਬ ਨਵੇਂ ਨਵੇਂ ਕਹਿ ਕੇ 5 ਸਾਲ ਲਗਾ ਜਾਣਗੇ, ਇਹ ਨਹੀਂ ਕੀਤਾ ਕੁਛ ਨਹੀਂ। ਜਿਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਮੂੰਗੀ ਦੇ ਉੱਤੇ MSP ਦੇਵਾਂਗੇ, ਕੋਈ ਨਹੀਂ ਮਿਲੀ ਜੀ। ਇਹਨਾਂ ਕਿਹਾ ਸਿੱਧੀ ਬਿਜਾਈ ਕਰੋ, ਪਰ ਕਿਸਾਨ ਨੂੰ 1500 ਰੁਪਈਆ ਖੇਤ ਅਸੀਂ ਉਹਦਾ ਜਿਹੜਾ ਮਿਹਨਤ ਦੇਵਾਂਗੇ, ਉਹ ਕੋਈ ਨਹੀਂ ਦਿੱਤੀ। ਲਿਪੀ ਸੈਨ ਸਕੈਨ ਦੀ ਬਿਮਾਰੀ ਜਿਹਦੇ ਵਿੱਚ 50,000 ਤੋਂ ਉੱਪਰ ਜਿਹੜੇ ਪਸ਼ੂ ਪੰਜਾਬ ਦੇ ਵਿੱਚ ਮਰੇ ਆ, ਉਹ ਸਰਕਾਰ ਨੇ ਕਿਹਾ ਸੀ ਵੀ ਅਸੀਂ ਉਹਨਾਂ ਦਾ ਮੁਆਵਜ਼ਾ ਦੇਵਾਂਗੇ, ਉਹ ਵੀ ਅਸੀਂ ਲਿਸਟਾਂ ਬਣਾ ਬਣਾ ਕੇ ਇਲਾਕੇ ਦੇ MLA ਦਿੱਤੀਆਂ, ਕੋਈ ਮੁਆਵਜ਼ਾ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਹੜ ਆਏ ਆ ਪੰਜਾਬ ਦੇ ਵਿੱਚ, ਮੀਂਹ ਤਾਂ ਪਿਆ ਨਹੀਂ ਪਰ ਅੱਧੋਂ ਜ਼ਿਆਦਾ ਪੰਜਾਬ ਜਿਹੜਾ ਹੜ ਗਿਆ, ਜਿਹਦੇ ਕਰਕੇ ਤੇ ਅਸੀਂ ਮਤਲਬ ਉਹ ਅੱਜ ਵੀ ਹੱਲੇ ਜਿਹੜਾ ਇਹ ਮਾਨ ਸਰਕਾਰ ਕਹਿੰਦੀ ਸੀ ਵੀ ਗਦਾਵਰੀਆਂ ਪੂਰੇ ਛੱਡੋ ਪਰ ਮੁਆਵਜ਼ਾ ਜਿਹੜਾ ਪਹਿਲਾਂ ਕਿਸਾਨਾਂ ਦੀ ਜੇਬ 'ਚ ਆਊਗਾ, ਤੇ ਅੱਜ ਤੁਸੀਂ ਦੇਖ ਲਓ ਵੀ ਲਗਭਗ 5 ਮਹੀਨੇ ਹੋ ਗਏ ਆ ਹੜ ਪ੍ਰਭਾਵਿਤ ਇਲਾਕਿਆਂ ਨੂੰ, ਨਾ ਤਾਂ ਹਲੇ ਗਦਾਵਰੀ ਹੋਈ ਆ ਨਾ ਉਹਨਾਂ ਨੂੰ ਕੋਈ ਪੈਸਾ ਮਿਲਿਆ, ਜਿਹਦੇ ਕਰਕੇ ਅਸੀਂ ਉਹਨਾਂ ਮੰਗਾਂ ਨੂੰ ਲੈ ਕੇ ਤੇ ਅਸੀਂ ਮਤਲਬ ਜਿਹੜਾ ਦਿੱਲੀ 26 ਤਰੀਕ ਨੂੰ ਜਿਹੜਾ ਟਰਾਲੀਆਂ ਟਰੈਕਟਰ ਜਿਹੜੇ ਸਾਡੇ ਕੂਚ ਕਰਨਗੇ, ਤੇ ਮਤਲਬ ਸਾਰੇ ਭਾਰਤ ਦੀਆਂ ਰਾਜਧਾਨੀਆਂ ਜਿਹੜੀਆਂ ਉਹ ਉਦਣ ਨੂੰ 26 ਤੋਂ 28 ਤਾਈਂ ਉਹ ਘੇਰੀਆਂ ਜਾਣਗੀਆਂ, ਤੇ ਉਸ ਤੋਂ ਬਾਅਦ ਜੋ ਵੀ ਅਗਲਾ ਫੈਸਲਾ ਹੋਏਗਾ, ਜਿਹਦੀ ਤਿਆਰੀ ਵਜੋਂ ਅੱਜ ਅਸੀਂ ਮਹਿਤਪੁਰ ਇਲਾਕੇ ਦੇ ਵਿੱਚ ਮੰਡ ਏਰੀਏ ਦੇ ਵਿੱਚ ਜਿਹੜੀ ਇਹ ਵੱਡੀ ਮੀਟਿੰਗ ਕਰ ਰਹੇ ਹਾਂ, ਜਿਹਦੇ ਵਿੱਚ ਸਾਡੀ ਜਥੇਬੰਦੀ ਦੇ ਪਿੰਡਾਂ ਦੇ ਜਿਹੜੇ ਪ੍ਰਧਾਨ ਆ, ਪਿੰਡਾਂ ਦੇ ਜਿਹੜੇ ਸੈਕਟਰੀ ਆ, ਕਮੇਟੀਆਂ ਉਹ ਆ ਰਹੀਆਂ, ਉਹਦੇ 'ਚ ਅਸੀਂ ਜਿਹੜੀ ਆ ਉਦਣ ਨੂੰ ਇੱਥੋਂ ਵੱਡਾ ਕਾਫਲਾ ਲੈ ਕੇ ਇਸ ਏਰੀਏ ਦੇ ਵਿੱਚੋਂ ਵੀ ਉਹ ਚੰਡੀਗੜ੍ਹ ਨੂੰ ਕੂਚ ਕਰਾਂਗੇ। ਇਸ ਕਰਕੇ ਤੁਹਾਡੇ ਚੈਨਲ ਦਾ ਮੈਂ ਆਪਣੀ ਜਥੇਬੰਦੀ ਤੁਸੀਂ ਸਾਨੂੰ ਕਵਰ ਕਰ ਰਹੇ ਹੋ, ਤੁਹਾਡਾ ਚੈਨਲ ਦਾ ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੋਈ ਸਵਾਲ ਹੋਵੇ ਤੂੰ ਕੋਈ ਜਵਾਬ ਲੈਣਾ ਹੋਵੇ ਤੇ ਪੁੱਛ। ਮੈਂ ਤੁਹਾਨੂੰ ਇੱਕ ਹੀ ਸਵਾਲ ਕਰਨਾ ਚਾਹੁੰਦਾ, ਸਿਰਫ ਆਖਰੀ ਸਵਾਲ ਹੀ ਆ ਜੀ, ਜਿਵੇਂ ਮਤਲਬ ਅੱਜ ਤੋਂ 4 ਦਿਨ ਪਹਿਲਾਂ ਪੰਜਾਬ ਸਰਕਾਰ ਨੇ ਜਿਹੜੀ ਖਰੀਦ ਆ ਬੰਦ ਕਰ ਦਿੱਤੀ ਹੈ ਝੋਨੇ ਦੀ, ਪਰ ਝੋਨਾ ਜੇ ਕਿਸਾਨਾਂ ਦਾ ਜਿਹੜਾ ਵਾ ਖੇਤਾਂ ਦੇ ਵਿੱਚ ਪਿਆ ਵਾ, ਕੀ ਕਹਿਣਾ ਚਾਹੁੰਦੇ ਹੋ? ਉਹਦੇ ਲਈ ਅਸੀਂ ਇਹ ਕੀਤਾ ਸੀ, ਸਾਰੀਆਂ ਜਥੇਬੰਦੀਆਂ ਨੇ ਨਿਖੇਧੀ ਕੀਤੀ ਸੀ, ਪਰ ਸਾਨੂੰ ਹੁਣ ਪਤਾ ਲੱਗਾ ਵੀ ਮੰਡੀਆਂ ਦੁਆਰਾ ਫਿਰ ਸਰਕਾਰ ਨੇ ਚਾਲੂ ਕਰਤੀਆਂ। ਅਸੀਂ ਉਹ ਕੀਤਾ ਸੀ ਵੀ ਮਤਲਬ ਸਾਰੀਆਂ ਕਿਸਾਨ ਜਥੇਬੰਦੀਆਂ, ਦੂਜਾ ਵੀ ਇਕੱਲਾ ਉਹ ਨਹੀਂ ਆ ਪਰਾਲੀ ਵਾਲਾ ਮਾਮਲਾ, ਦੇਖੋ ਝੋਨਾ ਦਾ ਸਾਰਾ ਇਹ ਲੈ ਗਿਆ ਚੱਕੇ, ਪਰਾਲੀ ਸਾਡੇ ਪੱਲੇ ਪੈ ਗਈ, ਹੁਣ ਪਰਾਲੀ ਵੀ ਜਿਹੜਾ ਕੋਈ ਮਾੜਾ ਜ਼ਿਮੀਦਾਰ ਆ ਉਹ ਪਰਾਲੀ ਨੂੰ ਸਾਂਭ ਨਹੀਂ ਸਕਦਾ। ਜਿਹੜੀ ਸਰਕਾਰ ਨੇ ਕਿਹਾ ਸੀ ਅਸੀਂ ਬਹੁਤ ਸਬਸਿਡੀਆਂ ਦਿੱਤੀਆਂ, ਅਸੀਂ ਸਾਰੀ ਪਰਾਲੀ ਚੱਕ ਲੈਣੀ ਆ,
पर तुसी देखो भी पाकिस्तान साढ़े मोढ़िया उत्थे तां 50 किलोमीटर दे धुआं जांदा नहीं, 400 किलोमीटर दिल्ली दे विच जिहड़ा पंजाब दा धुआं चल जांदा। इस करके मतलब जान बुझ के पंजाब नूं मतलब बदनाम कर लई और पंजाब नूं जिहड़ा सरकार थल्ले लाउण लई आ तुसी देखो असीं आ बैनर लाया बाघा ते हुसैनीवाल बार्डर खोलण नूं। असीं पिछले समें दे विच लड़ाई लड़ के दो बार्डरां ते असीं धरने दित्ते आ, सारे पंजाब दे विच असीं जिला हेडक्वार्टर धरने दित्ते आ कि बाघा बार्डर ते हुसैनीवाल बार्डर व्यापार नहीं खोलिया जावे, क्योंकि मतलब उहदे नाल पंजाब दी आर्थिकता दा पंजाब दे मतलब काम कार नाम दा जुड़िया आ, पर उह जाण के व्यापार अज वी पंजाब नाल हो रहा, अज हो रहा अवानी अडानी दी बंदरगाह तों उत्थों हो रहा, पर पंजाब दे विचों नहीं हो रहा, क्योंकि पंजाब दे लोकां नूं मोदी सरकार ये सब कुछ सिखाउणा चाहुंदी वी मेरे खिलाफ तुसीं अंदोलन दे विच बोले क्यों आ, जिहड़ी उहदी धौण भन्नण दे लई इह संयुक्त मोर्चे ने इह मतलब रखिया। असीं समझदे सी भई लोकां नूं इह भुलेखा सी भई आम आदमी आ गई, आम आदमी आ गई, असली प्रभो बदल दो ही आ, एक लटेरियां दा बदलिया, किरती लोकां दा बदलिया, किरती लोकां दे बदल दे विच किरती लोकां ने अपनी मेहनत बचाउणी आ, लटेरियां ने किरती लोकां दी लुट करनी आ, जिहदे करके तीजा बदल कोई नहीं हुंदा। असीं समझदे आ भी इह पहले असीं कहा भी मोदी दी बी टीम आ, अज जो मोदी उह कह रिहा जे उह एम एस पी कहिंदा बंद कर दिओ, इह कहिंदा बंद कर दिओ जी, जे उह मतलब कोई पराली वाला मुद्दा लिआउंदा तां पराली वाला मुद्दे हुण भी जिहड़े आ लगभग 150 तों उपर किसानां दे उत्ते जिहड़े परचे दर्ज कीते आ, पर असीं उहदे लई लड़ांगे, उह परचे कैंसल करावांगे और सरकार दी जिहड़ी आ किसान जथेबंदियां आउण वाले दिनां दे विच इह नींद हराम कर रही आ, असीं दसांगे इहनां नूं भई मतलब सरकारां मतलब जिहड़ियां लोकां नाल वादे करके किवें मुकरदे, जिहड़ी भगवंत मान दी ਉਹ ਬੀਬੀ ਜੀ ਅਨਮੋਲ ਗਗਨ ਮਾਨ ਸਾਡੀ ਉਹ ਭੈਣਾ ਵਰਗੀ ਆ, ਪਰ ਤੁਸੀਂ ਦੇਖੋ ਹੁਣ ਵੀ ਉਹਦੀ ਆਦ ਚੱਲ ਰਹੀ ਆ, ਜਿਹੜੀ ਕਹਿੰਦੇ ਕੈਪਟਨ ਦਾ ਰਾਜ ਸੀ ਉਦੋਂ, ਅੱਜ ਕਹਿੰਦੇ ਕੈਪਟਨ ਸਾਨੂੰ ਸਰਕਾਰ ਛੱਡੇ, ਅਸੀਂ ਕੇਜਰੀਵਾਲ ਨਾਲ ਗੱਲ ਕਰਕੇ ਆਏ ਆ, ਸਾਨੂੰ ਕੇਜਰੀਵਾਲ ਨੇ ਭੇਜਿਆ ਵੀ ਜਾ ਕੇ ਕੈਪਟਨ ਨੂੰ ਕਹਿ ਦਿਓ ਵੀ ਅੱਜ ਸਾਡੀ ਸਰਕਾਰ ਬਣਾਓ, 5 ਮਿੰਟਾਂ ਦੇ ਵਿੱਚ 23 ਫਸਲਾਂ ਤੇ ਗਰੰਟੀ ਦੇਵਾਂਗੇ। ਅੱਜ ਤੁਸੀਂ ਦੇਖੋ ਅੱਜ ਸਾਡਾ ਝੋਨਾ ਵੀ ਮੰਡੀਆਂ ਦੇ ਵਿੱਚ ਰੁਲਿਆ ਐ ਕਿ ਚੱਕਿਆ ਨਹੀਂ, 10-10 ਦਿਨ ਸਾਡੇ ਜ਼ਿਮੀਦਾਰ ਜਿਹੜੇ ਆ ਉਹ ਬਹਿ ਕੇ ਆਇਆ ਝੋਨਾ ਵੀ ਤੇ, ਪਰ 2-2, 3-3, 4-4 ਕੁਇੰਟਲ ਜਿਹੜਾ ਉਹ ਕੱਟ ਲਗਾ, ਜਿੱਥੇ ਤੱਕ ਕਿਸਾਨ ਜਥੇਬੰਦੀਆਂ ਲਗਾ ਸਾਨੂੰ ਜੰਡਿਆਲੇ ਮੰਡੀ ਦੇ ਵਿੱਚ ਪਤਾ ਲੱਗਾ ਸੀ ਵੀ ਕਾਟ ਦੀਆ ਜਿਹੜਾ ਉਹ 5 ਕਿਲੋ ਦੇ ਹਿਸਾਬ ਨਾਲ ਜਾਂ 4 ਕਿਲੋ ਦੇ ਹਿਸਾਬ ਨਾਲ ਵੱਧ ਤੋਲ ਰਿਹਾ ਸੀ। ਅਸੀਂ ਰਾਤ ਨੂੰ ਗਏ ਆ, ਰਾਤ ਨੂੰ ਜਾ ਕੇ ਉਹ ਆੜ ਦੀਆ ਦਾ ਅਸੀਂ ਚੈੱਕ ਕੀਤਾ, ਉੱਥੇ ਮਤਲਬ ਮੰਡੀਆਂ ਦੇ ਇੰਸਪੈਕਟਰ ਨੂੰ ਸੱਦਿਆ, ਉੱਥੇ ਸੈਕਟਰੀ ਨੂੰ ਸੱਦਿਆ ਤੇ ਉਹਨਾਂ ਨੇ ਆ ਕੇ ਜਾਂ ਤੋਲਿਆ ਤੇ ਸਾਰੀਆਂ ਦੀਆਂ ਸਾਰੀਆਂ ਬੋਰੀਆਂ ਜਿਹੜੀਆਂ ਵੱਧ ਪਾਈਆਂ ਗਈਆਂ, ਉਹਨਾਂ ਨੇ ਜੁਰਮਾਨਾ ਕੀਤਾ ਉਹਨੂੰ 18-20 ਹਜ਼ਾਰ ਰੁਪਈਆ, ਤੇ ਆੜ ਦੀਆ ਕਹਿੰਦਾ ਮੇਰਾ ਕੀ ਵਿਗਾੜ ਲਿਆ ਤੁਸੀਂ, ਪਰ ਹੋਇਆ ਉਹਦੇ ਚੇਤਾ ਵੀ ਉਹ ਜਿਹੜਾ ਮੁੰਡੇ ਸਾਡੇ ਨੇ ਸ਼ਿਕਾਇਤ ਕੀਤੀ ਸੀ ਉਸ ਹੀ ਆੜ ਧੀਏ ਨੇ ਨਕੋਦਰ ਥਾਣੇ ਦੇ ਵਿੱਚ ਉੱਤੇ ਜਾ ਕੇ ਦਰਖਾਸਤ ਦਿੱਤੀ ਵੀ ਮੇਰੇ ਚੋਰੀ ਕਰਕੇ ਲੈ ਗਿਆ। ਜਦੋਂ ਵੀ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਾ ਵੀ ਅਸੀਂ ਉਸ ਗੱਲ ਨੂੰ ਦ੍ਰਿੜਤਾ ਨਾਲ ਲਿਆ, ਉਹ ਆੜ ਧੀਏ ਤੇ ਅਸੀਂ ਪਰਚਾ ਵੀ ਕਰਾਇਆ, ਉਹਦਾ ਲਾਇਸੈਂਸ ਵੀ ਰੱਦ ਕਰਾਇਆ। ਇਸ ਕਰਕੇ ਕਿਸਾਨ ਜਥੇਬੰਦੀਆਂ ਆਪਣੀ ਗੱਲ ਤੇ ਉੱਤੇ ਪੂਰਾ ਫੁੱਲ ਚੜਾਉਂਦੀਆਂ, ਅਸੀਂ ਹਮੇਸ਼ਾ ਲੋਕਾਂ ਦੇ ਨਾਲ ਆ, ਲੋਕਾਂ ਦੀਆਂ ਜਥੇਬੰਦੀਆਂ ਲੋਕਾਂ ਦੇ ਨਾਲ ਆ। ਔਰ ਕਿਸਾਨਾਂ ਵਾਸਤੇ ਸੰਘਰਸ਼ ਕਰਦੇ ਆ ਕਿ ਜਿਹੜੇ ਮਜ਼ਦੂਰ ਨੇ, ਕਿਉਂਕਿ ਨਾਰਾ ਤੇ ਇਕੱਠਾ ਲਾਇਆ ਗਿਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਹੈ ਨਾ, ਕੱਲੇ ਕਿਸਾਨਾਂ ਦੇ ਕਰਜ਼ੇ ਮਾਫੀ ਵਾਸਤੇ ਕਿ ਮਜ਼ਦੂਰਾਂ ਦਾ ਵੀ ਹੈਗਾ? ਦੇਖੋ ਮਜ਼ਦੂਰਾਂ ਦਾ, ਮਜ਼ਦੂਰ ਜਥੇਬੰਦੀਆਂ ਦਾ ਵੀ ਮੋਰਚਾ ਬਣਿਆ ਆ, 8 ਮਜ਼ਦੂਰ ਜਥੇਬੰਦੀਆਂ ਦਾ ਮੋਰਚਾ ਬਣਿਆ ਪੰਜਾਬ ਦੇ ਵਿੱਚ, ਉਹ ਲੜ ਰਹੇ ਆ, ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਆ। ਜੇ ਤਾਂ ਕਿਸਾਨਾਂ ਦੀ ਉਹ ਜਿੱਦਾਂ ਅਸੀਂ ਅੰਦੋਲਨ ਵੀ ਜਿਹੜਾ ਜਿੱਤਿਆ ਉਹ ਮਜ਼ਦੂਰ ਕਿਸਾਨਾਂ ਨੇ ਜਿੱਤਿਆ, ਕੱਲੇ ਨਹੀਂ ਜਿੱਤਿਆ। ਜੇ ਅੱਜ ਉਹ ਮਜ਼ਦੂਰ ਕੋਈ ਧਰਨਾ ਦੇ ਰਹੇ ਆ, ਆ ਤੁਸੀਂ ਦੇਖੋ ਜਦੋਂ ਭਗਵੰਤ ਮਾਨ ਦੀ ਕੋਠੀ ਦਾ ਕੁੰਡਾ ਖੜਕਾ ਕੇ ਮਜ਼ਦੂਰ ਆਏ ਸੀ, ਸਾਡੇ 2 ਮਜ਼ਦੂਰ ਫਲੋਰ ਰੇਲ ਦੇ ਥੱਲੇ ਆ ਕੇ ਜਿਹੜੇ ਸ਼ਹੀਦ ਹੋ ਗਏ ਸੀ, ਪਰ ਸਾਡੀ ਜਥੇਬੰਦੀ ਨੇ ਪੂਰਾ 7 ਦਿਨ ਉੱਥੇ ਮੋਰਚਾ ਲਾਇਆ, ਜਿਹਨੂੰ 7 ਦਿਨ ਮੋਰਚਾ ਲਾ ਕੇ ਜੋ ਸਾਨੂੰ ਕਿਸਾਨਾਂ ਨੂੰ ਉੱਥੇ 5-5 ਲੱਖ ਰੁਪਏ, ਜਿੰਨੇ ਕਿਸਾਨ ਦਿੱਲੀ ਅੰਦੋਲਨ ਦੇ ਵਿੱਚ ਸ਼ਹੀਦ ਹੋਇਆ 5-5 ਲੱਖ ਰੁਪਈਆ ਸੀ ਉਹਨਾਂ ਨੂੰ ਦਿੱਤਾ, ਤੇ 1 ਜੀ ਨੂੰ ਸਰਕਾਰੀ ਨੌਕਰੀ ਦਵਾਈ ਆ, ਤੇ ਇਦਾਂ ਹੀ ਅਸੀਂ ਉਸ ਗੱਲ ਤੇ ਅਸੀਂ ਹਾਈਵੇ ਜਾਮ ਕੀਤਾ ਔਰ ਮਜ਼ਦੂਰਾਂ ਨੂੰ 5 ਲੱਖ ਨਹੀਂ 5.5 ਲੱਖ ਰੁਪਈਆ ਆਪਣੇ ਹੱਥੀ ਅਸੀਂ ਲੈ ਕੇ ਦਿੱਤਾ, ਤੇ ਉਹਨਾਂ ਦੇ 1-1 ਜੀ ਨੂੰ ਸਰਕਾਰੀ ਨੌਕਰੀ ਲੈ ਕੇ ਦਿੱਤੀ ਆ। ਇਸ ਕਰਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਅਸੀਂ ਨਾਲ ਹਾਂ ਅੱਜ ਵੀ, ਇਸ ਕਰਕੇ ਭਾਈ ਲੜਾਈ ਇਕੱਠਿਆਂ ਦੀ ਆ, ਕਿਉਂਕਿ ਨਾ ਤਾਂ ਕਿਸਾਨ ਦਾ ਮਜ਼ਦੂਰ ਤੋਂ ਬਿਨਾਂ ਸਰ ਸਕਦਾ, ਨਾ ਮਜ਼ਦੂਰ ਦਾ ਕਿਸਾਨ ਤੋਂ ਬਿਨਾਂ ਸਰ ਸਕਦਾ। ਅੱਜ ਵੀ ਅਸੀਂ ਇਸ ਗੱਲ ਦੀ ਪੰਜਾਬ ਸਰਕਾਰ ਦੀ ਔਰ ਸੈਂਟਰ ਸਰਕਾਰ ਦੀ ਨਿਖੇਧੀ ਕਰਦੇ ਹਾਂ, ਜਿਹੜੀ ਮਜ਼ਦੂਰ ਦੀ ਦਿਹਾੜੀ ਹੈ ਨਹੀਂ 12 ਘੰਟੇ ਦੀ ਕਰ ਦਿੱਤੀ, ਕਿਉਂਕਿ ਮਤਲਬ ਤੁਸੀਂ ਦੇਖੋ ਲੜ ਕੇ ਲੋਕਾਂ ਨੇ 8 ਘੰਟੇ ਦੀ ਦਿਹਾੜੀ ਲਈ ਸੀ, ਅੱਜ ਇਹ ਸਰਕਾਰਾਂ ਕਾਰਪੋਰੇਟ ਦੀਆਂ ਸਰਕਾਰਾਂ ਆ, ਤੇ ਅੱਜ ਪੰਜਾਬ ਸਰਕਾਰ ਨੇ ਆਪਣੀ ਕੈਬਨਿਟ ਦੇ ਵਿੱਚ ਪਾਸ ਕਰਤਾ ਵੀ ਮਜ਼ਦੂਰ ਦੀ ਦਿਹਾੜੀ ਜਿਹੜੀ 12 ਘੰਟੇ ਦੀ ਆ। ਇਸ ਕਰਕੇ ਸਾਂਝੀ ਲੜਾਈ ਆ ਔਰ ਜਿੱਤਾਂਗੇ। ਬੰਦਾ ਸਿੰਘ ਬਹਾਦਰ ਦੀ ਤਸਵੀਰ ਤੁਸੀਂ ਪਿੱਛੇ ਲਾਈ ਹੈਗੀ ਆ ਜਿਵੇਂ ਵਾਗਾ ਬਾਰਡਰ ਦੇ ਨਾਲ, ਇਹਦੇ ਪਿੱਛੇ ਮੇਨ ਜਿਹੜਾ ਸਾਡੇ ਸਰੋਤ ਨੂੰ ਜ਼ਰੂਰ ਦੱਸੋ। ਦੇਖੋ ਬਾਬਾ ਬੰਦਾ ਸਿੰਘ ਬਹਾਦਰ
ਇਹ ਤਾਂ ਸਾਡੇ ਮਹਾਨ ਯੋਧੇ ਆ ਜੀ ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਨਹੀਂ ਤਾਂ ਮਤਲਬ ਜ਼ਮੀਨ ਸਾਡੀ ਹੁੰਦੀ ਨਹੀਂ ਸੀ ਹਨਾ, ਅਸੀਂ ਤਾਂ ਕਰਿੰਦੇ ਹੁੰਦੇ ਸੀ। ਇਹ ਸਾਡੇ ਬਹਾਦਰ ਬੰਦੇ ਆ, ਸਾਡੀ ਜਥੇਬੰਦੀ ਜਿਹੜੀ ਆ ਤੁਸੀਂ ਦੇਖੋ ਸਾਡੀ, ਖਾਸ ਕਰਕੇ ਕਿਰਤੀ ਕਿਸਾਨ ਨੂੰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਹਮੇਸ਼ਾ ਆਪਣੇ ਲੋਗੋ ਉਹਦਾ ਲਾਉਂਦੇ ਹਾਂ ਜਾਂ ਆਪਣੀ ਜਥੇਬੰਦੀ ਲਾਉਂਦੇ। ਕਿਸੇ ਪ੍ਰਧਾਨ ਦੀ ਸਾਡੇ ਫੋਟੋ ਨਹੀਂ ਲੱਗਦੀ ਜਿੱਦਾਂ ਬਾਕੀ ਜਥੇਬੰਦੀਆਂ, ਕਿਉਂਕਿ ਸਾਡਾ ਲੋਗੋ ਹੀ ਬਾਬਾ ਬੰਦਾ ਸਿੰਘ ਬਹਾਦਰ ਆ। ਅਸੀਂ ਉਹਦੀ ਲੜਾਈ ਅੱਗੇ ਲੈ ਕੇ ਚੱਲਦੇ ਹਾਂ ਵੀ ਬਹੁਤ ਸਾਰੇ ਲੋਕ ਹੱਲੇ ਆ ਮਾਲਕੀ ਦੇ ਨਾਲ ਹੀ, ਅਸੀਂ ਉਹ ਵੀ ਗੱਲ ਕਰਦੇ ਹਾਂ ਜਿਹੜੀ ਹੁਣ ਵੀ ਗੱਲ ਆ ਸਾਡੀ, ਇਦੂ ਵੀ ਅੱਗੇ ਗੱਲ ਅਸੀਂ ਕਰਦੇ ਹਾਂ ਵੀ ਜਿਹੜੀ 17 ਏਕੜ ਤੋਂ ਵੱਧ ਜ਼ਮੀਨ ਜਿਹੜਾ ਕਾਨੂੰਨ ਬਣਿਆ ਆ 1972 ਦਾ ਭਾਰਤ ਦੇ ਵਿੱਚ ਕਾਨੂੰਨ ਬਣਿਆ ਵੀ 17.5 ਏਕੜ ਤੋਂ ਵੱਧ ਬੰਦਾ ਕੋਈ ਜ਼ਮੀਨ ਨਹੀਂ ਰੱਖ ਸਕਦਾ। ਅੱਜ ਵੀ ਸਾਡੀ ਜਥੇਬੰਦੀ ਮੰਗ ਕਰਦੀ ਆ ਉਹ ਵਾਧੂ ਜ਼ਮੀਨ ਸਾਰੀ ਬੇਜ਼ਮੀਨੇ ਲੋਕਾਂ ਦੇ ਵਿੱਚ, ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਜਿਹੜੇ ਵੀ ਖੇਤੀ ਕਰਨੀ ਚਾਹੁੰਦੇ ਆ ਉਹਨਾਂ ਦੇ ਵਿੱਚ ਵੰਡੀ ਜਾਵੇ। ਇਸ ਕਰਕੇ ਉਹ ਲੜਾਈ ਅੱਗੇ ਤੁਰੇਗੀ ਔਰ ਜਿੱਤੇ ਉਹਨੂੰ ਵੀ ਲੈ ਕੇ ਜਾਵਾਂ। ਬਹੁਤ ਵਧੀਆ ਜੀ, ਬਹੁਤ ਹੀ ਵਧੀਆ, ਬੜਾ ਮਜ਼ਾ ਆਇਆ ਗੱਲਬਾਤ ਕਰਕੇ ਕਿਸਾਨ ਆਗੂ ਭਾਈ ਸਾਹਿਬ ਜੀ ਉਹਨਾਂ ਦੇ ਨਾਲ। ਔਰ ਜਿਹੜੇ ਮੇਨ ਮੁੱਦੇ ਨੇ ਔਰ ਜਿਹੜੇ ਮੁੱਦੇ ਅੱਜ ਤੱਕ ਬਿਲਕੁਲ ਉਠਾਏ ਨਹੀਂ ਗਏ ਉਹ ਤੁਹਾਡੇ ਸਾਹਮਣੇ ਰੱਖੇ ਨੇ। ਤੁਹਾਡਾ ਫਰਜ਼ ਇਹੀ ਬਣਦਾ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਦੀਪ ਦਮਨ ਟੀਵੀ ਚੈਨਲ, ਦਾਸ ਭਾਈ ਗਗਨਦੀਪ ਸਿੰਘ ਕੈਮਰਾਮੈਨ, ਪ੍ਰਦੀਪ ਸਿੰਘ ਬੱਲੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।